ਸਤਿਗੁਰੂ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਲੈ ਕੇ ਆਈ ਹਾਂ ਗਿੱਧੇ ਦੇ ਕੁਝ ਸਟੈਪਸ ਜੋ ਬਹੁਤ ਹੀ ਈਜ਼ੀ ਆ ਤੇ ਬਹੁਤ ਹੀ ਐਲੀਗੈਂਟ ਆ ਇਹਨੂੰ ਤੁਸੀਂ ਆਸਾਨੀ ਨਾਲ ਸਿੱਖ ਸਕਦੇ ਹੋ ਤੇ ਇਹਨੂੰ ਤੁਸੀਂ ਐਜ਼ ਅ ਸਰਕਲ 'ਚ ਵੀ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਨਾਰਮਲ ਅਗਰ ਕਰਨਾ ਹੋਵੇ ਤੇ ਤੁਸੀਂ ਨਾਰਮਲ ਵੀ ਕਰ ਸਕਦੇ ਹੋ ਤੁਹਾਨੂੰ ਸਟਾਰਟ ਕਰਦੇ ਹਾਂ ਆਪਣੇ ਸਟੈਪਸ ਸਭ ਤੋਂ ਪਹਿਲਾਂ ਮੈਂ ਇੱਥੇ ਮੈਂ ਫੁੱਟਵਰਕ ਦੀ ਗੱਲ ਕਰ ਰਹੀ ਹਾਂ ਇਹ ਸਟੈਪ ਹੋਏਗਾ ਡਬਲ ਅੱਡੀ ਦੇ ਨਾਲ ਤੇ ਡਬਲ ਅੱਡੀ ਤੇ ਮੈਂ ਵੀਡੀਓ ਬਣਾ ਰੱਖੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਥੇ ਵੀ ਮੈਂ ਸਟੈਪ ਇਹਨੂੰ ਦੱਸ ਦਿੰਨੀ ਆ ਤਿੰਨੋਂ ਨਾਰਮਲੀ ਤੁਸੀਂ ਇੱਕ ਪੈਰ ਨੂੰ ਅੱਗੇ ਕਰਨਾ ਹੈ ਤੇ ਤੁਸੀਂ ਸੈੱਟ ਹੋਣਾ ਹੈ ਤੇ ਇੱਕ ਪੈਰ ਤੇ ਤੁਸੀਂ ਜੰਪ ਕਰਨਾ ਹੈ ਤੁਸੀਂ ਲੈਫਟ ਪੈਰ ਨਾਲ ਵੀ ਕਰ ਸਕਦੇ ਹੋ ਇਹ ਸਟੈਪ ਤੇ ਤੁਸੀਂ ਇਹ ਸਟੈਪ ਰਾਈਟ ਪੈਰ ਨਾਲ ਵੀ ਕਰ ਸਕਦੇ ਹੋ ਜਿੰਨਾ ਤੁਸੀਂ ਕੰਫਰਟੇਬਲ ਹੋ ਤੁਸੀਂ ਉਹ ਪੈਰ ਅੱਗੇ ਕਰੋ ਤੇ ਦੂਸਰੇ ਪੈਰ ਤੇ ਤੁਸੀਂ ਜਿੱਤੇ ਬੈਲੈਂਸ ਕਰ ਸਕਦੇ ਹੋ ਤੇ ਉੱਤੇ ਤੁਸੀਂ ਬੈਲੈਂਸ ਕਰ ਲਓ ਤੇ ਹੁਣ ਮੈਂ ਇੱਥੇ ਰਾਈਟ ਲੈਗ ਤੇ ਮੈਂ ਜੰਪ ਕਰ ਰਹੀ ਹਾਂ ਤੇ ਲੈਫਟ ਲੈਗ ਅੱਗੇ ਕਰ ਰਹੀ ਹਾਂ ਮੈਂ ਇਹਨੂੰ ਲਾਈਕ ਦਿਸ ਆ ਹੋ ਗਿਆ ਡਬਲ ਅੱਡੀ ਤੇ ਬਹੁਤ ਹੀ ਈਜ਼ੀ ਸਟੈਪ ਆ ਤੇ ਆ ਹੁਣ ਫੁੱਟਵਰਕ ਹੋ ਗਿਆ ਇਹਦੇ ਨਾਲ ਹੁਣ ਹੈਂਡਵਰਕ ਦੀ ਗੱਲ ਕਰੀਏ ਹੈਂਡਵਰਕ 'ਚ ਮੈਂ ਕਲੈਪ ਕਰ ਰਹੀ ਹਾਂ ਆ ਹੋ ਗਿਆ 1 ਆ 2 ਇਸ ਤਰੀਕੇ ਨਾਲ ਤੇ ਸਿਰਫ ਸਾਈਡ ਕਲੈਪ ਆ ਇਹਨੂੰ ਬਹੁਤ ਹੀ ਵਧੀਆ ਲੱਗਦਾ ਹੈ ਇਹ ਸਟੈਪ ਤੇ ਇਹਨੂੰ ਇੱਕ ਜਦੋਂ ਤੁਸੀਂ ਕਲੈਪ ਕਰਨਾ ਹੈ ਉਸ ਤਰਫ ਨੂੰ ਥੋੜਾ ਜਿਹਾ ਝੁਕਣਾ ਹੈ ਫਿਰ ਇਸ ਤਰਫ ਨੂੰ ਝੁਕਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਅਪ ਲੈ ਕੇ ਜਾ ਕੇ 1 2 3 and 4 ਆ ਹੋ ਗਿਆ ਸਟੈਪ ਤੇ ਹੁਣ ਇਹਨੂੰ ਸਟੈਪ ਨੂੰ ਪੂਰਾ ਕਰਦੇ ਆ 1 2 3 4 5 6 7 and 8 ਆ ਹੋ ਗਿਆ ਪੂਰਾ ਸਟੈਪ ਤੇ ਇਹਨੂੰ ਤੁਸੀਂ ਐਜ਼ ਅ ਰਾਉਂਡ ਵੀ ਕਰ ਸਕਦੇ ਹੋ ਇਹਨੂੰ 1 2 3 4 5 6 7 8 1 2 3 4 5 6 7 and 8 ਤੇ ਆ ਹੋ ਗਿਆ ਸਟੈਪ ਬਹੁਤ ਹੀ ਈਜ਼ੀ ਸਟੈਪ ਆ ਇਹਨੂੰ ਤੁਸੀਂ ਐਜ਼ ਅ ਸਰਕਲ ਵੀ ਕਰ ਸਕਦੇ ਹੋ ਤੁਸੀਂ ਇੱਕ ਜਗ੍ਹਾ ਤੇ ਖੜੇ ਹੋ ਕੇ ਵੀ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਥੋੜਾ ਅੱਗੇ ਪਿੱਛੇ ਹੋ ਕੇ ਵੀ ਕਰ ਸਕਦੇ ਹੋ ਤੇ ਹੁਣ ਨੈਕਸਟ ਸਟੈਪ ਦੀ ਗੱਲ ਕਰਦੇ ਹਾਂ ਇੱਥੇ ਜੋ ਫੁੱਟਵਰਕ ਆ ਇੱਥੇ ਤੁਸੀਂ ਡਬਲ ਅੱਡੀ ਵੀ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਜੋ ਮੈਂ ਹੁਣੇ ਦੱਸਿਆ ਹੈ ਤੇ ਤੁਸੀਂ ਆਜਾ ਇਸ ਤਰੀਕੇ ਨਾਲ ਵੀ ਇਸ ਸਟੈਪ ਨੂੰ ਕਰ ਸਕਦੇ ਹੋ ਬਹੁਤ ਹੀ ਈਜ਼ੀ ਆ ਇੱਥੇ ਕੀ ਆ ਇੱਕ ਨਾ ਪਹਿਲਾਂ ਤੁਸੀਂ ਕਿੱਕ ਕਰਨਾ ਹੈ ਤੇ ਦੂਸਰਾ ਪੈਰ ਅੱਗੇ ਜਾਏਗਾ ਇਸ ਤਰੀਕੇ ਨਾਲ 1 2 3 and 4 1 2 3 and 4 1 2 3 and 4 ਬਹੁਤ ਹੀ ਈਜ਼ੀ ਆ ਤੇ ਹੁਣ ਇਹਦੇ ਨਾਲ ਹੈਂਡਵਰਕ ਦੀ ਗੱਲ ਕਰਦੇ ਆ ਤੇ ਇਹਦੇ ਚ ਇੱਕ ਹੱਥ ਅੱਪ ਜਾਏਗਾ ਆ 1 2 3 and 4 ਆ ਕਲੈਪ ਹੋਣਾ ਹੈ ਤੇ ਹੁਣ ਇਹਦੇ ਨਾਲ ਕਰਨਾ ਹੈ 1 2 3 and 4 1 2 3 and 4 1 2 3 and 4 ਨੋਰਮਲੀ ਜੋ ਫੁੱਟਵਰਕ ਹੈਗਾ ਉਹ ਡਬਲ ਅੱਡੀ ਹੈਗੀ ਹੈ ਤੇ ਹੈਂਡਵਰਕ ਦੀ ਗੱਲ ਕਰੀਏ ਹੈਂਡਵਰਕ 'ਚ ਮੈਂ ਨੋਰਮਲੀ ਹੱਥ ਸਟੇਟ ਰੱਖੇ ਹੋਏ ਆ ਇਹਨੂੰ ਟਰਨ ਘੁਮਾਉਣਾ ਹੈ ਥੋੜ੍ਹੇ ਜਿਹੇ ਟਰਨ ਕਰਨਾ ਹੈ ਇਸ ਤਰੀਕੇ ਨਾਲ ਆ ਹੋ ਗਿਆ ਹੈਂਡਵਰਕ ਦੋਨੋਂ ਹੀ ਫੋਰਵਰਡ ਡਾਇਰੈਕਸ਼ਨ 'ਚ ਮੂਵ ਕਰਨਗੇ ਲੇਕਿਨ ਇੱਕ ਹੱਥ ਅੱਗੇ ਹੋਏਗਾ ਇੱਕ ਹੱਥ ਪਿੱਛੇ ਹੋਏਗਾ ਇਸ ਤਰੀਕੇ ਨਾਲ ਜਿੱਦਾਂ ਬੋਰਡ ਚਲਾਉਂਦੇ ਆ ਇੱਕ ਕਰਕੇ ਫਿਰ ਦੂਸਰਾ ਐਸੇ ਤਰੀਕੇ ਨਾਲ ਹੈਂਡਵਰਕ ਹੋਏਗਾ ਇਹਦਾ ਆ ਹੋ ਗਿਆ ਹੈਂਡਵਰਕ ਤੇ ਇਹਦੇ ਨਾਲ ਫਿਰ 1 2 3 and 4 ਹੱਥ ਨੂੰ ਟਰਨ ਕਰਨਾ ਹੈ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਹੁਣ ਇਹਨੂੰ ਹੈਂਡਵਰਕ ਐਂਡ ਫੁੱਟਵਰਕ ਦੋਨੋਂ ਨਾਲ ਕਰਦੇ ਆ ਨੂੰ 1 2 3 4 5 6 7 and 8 1 2 3 4 5 6 7 8 ਤੋਂ ਨੈਕਸਟ ਸਟੈਪ ਤੇ ਜੋ ਸਾਈਡ ਕਲੈਪ ਵਾਲਾ ਹੁੰਦਾ ਹੈ ਤੇ ਤੁਸੀਂ ਟਰਨ ਹੋ ਕੇ ਜਿਹੜਾ ਕਰਦੇ ਹੋ ਉਸ ਸਟੈਪ ਤੇ ਆ ਬਹੁਤ ਹੀ ਐਲੀਗੈਂਟ ਲੱਗਦਾ ਹੈ ਇਹ ਜੇ ਤੁਸੀਂ ਇੱਕ ਸਾਈਡ ਤੇ ਕਲੈਪ ਕਰਦੇ ਹੋ ਜਦੋਂ ਤੁਸੀਂ ਨਾਰਮਲੀ ਅਗਰ ਤੁਸੀਂ ਫਰੰਟ ਕੈਮਰਾ ਹੈ ਜਾਂ ਕਿਤੇ ਵੀ ਹੈ ਤਾਂ ਤੁਸੀਂ ਪਹਿਲਾਂ ਟਰਨ ਹੋਗੇ ਸਾਈਡ ਤੇ ਇਸ ਤਰੀਕੇ ਨਾਲ 1 2 3 and 4 1 2 3 and 4 ਤੇ ਆ ਹੋ ਗਿਆ ਸਟੈਪ ਜਿਹੜਾ ਬਹੁਤ ਹੀ ਈਜ਼ੀ ਆ ਤੇ ਬਸ ਤੁਸੀਂ ਜਦੋਂ ਟਰਨ ਆਉਣਾ ਹੈ ਤੇ ਉਦੋਂ ਆਪਣਾ ਬੈਲੈਂਸ ਸੈੱਟ ਕਰਨਾ ਹੈ ਤੇ ਇਹਨੂੰ ਹੁਣ ਕਰਨਾ ਕਿੱਦਾਂ ਹੈ ਜੋ ਫੁੱਟਵਰਕ ਆ ਉਹ ਡਬਲ ਅੱਡੀ ਹੀ ਹੈਗਾ ਹੈ ਤੇ ਨਾਰਮਲੀ ਜੋ ਕਲੈਪ ਹੈਗੀ ਹੈ ਉਹ ਸਲਾਈਡ ਕਲੈਪ ਆ 1 2 3 and 4 ਇੱਥੇ ਕਲੈਪ ਜਦੋਂ ਕਰਦੇ ਆ ਜਦੋਂ ਹੱਥ ਨੂੰ ਆ ਜਾਂਦਾ ਹੈ ਨੀਚੇ ਨੂੰ ਅੰਦਰਲੀ ਤਰਫ ਆਂਦਾ ਹੈ ਤੇ ਹੱਥ ਬੰਦ ਹੋ ਜਾਂਦਾ ਹੈ ਇਹਨੂੰ ਜਦੋਂ ਫਿਰ ਤੋਂ ਕਲੈਪ ਕਰਨਾ ਹੈ ਤੇ ਹੱਥ ਦੋਨੋਂ ਪੂਰੇ ਖੁੱਲ ਜਾਂਦੇ ਆ ਇਸ ਤਰੀਕੇ ਨਾਲ ਆ ਹੋ ਗਿਆ ਸਟੈਪ ਤੇ ਹੁਣ ਇਹਨੂੰ ਫੁੱਟਵਰਕ ਐਂਡ ਹੈਂਡਵਰਕ ਦੋਨੋਂ ਨਾਲ ਕਰਦੇ ਆ ਇਹਨੂੰ 1 2 3 and 4 1 2
जल्दी मिलने नवी वीडियोस। तां तां बाय बाय।